अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा डबवाली रोड स्थित महाराजा रणजीत सिंह पंजाब टेक्निकल यूनिवर्सिटी के अकाउंट ब्रांच में तैनात क्लर्क कम डाटा एंट्री ऑपरेटर ज्योति रानी की गत सुबह संदिग्ध परिस्थितियों में मौत हो गई है। यूनिवर्सिटी के स्टाफ का कहना है कि ज्योति तीसरी मंजिल से गिर गई और उसकी मौत हो गई, जबकि उसके स्वजनों का आरोप है कि उनकी बेटी की हत्या कर उसे खुदकुशी या हादसे का रूप देने की कोशिश की जा रही है। उनका आरोप है कि पिछले कुछ समय से यूनिवर्सिटी के कुछ लोगों द्वारा उनकी बेटी को मानसिक रूप से परेशान किया जा रहा था। थाना कैनाल कॉलोनी व वर्धमान चौकी पुलिस ने जांच शुरू कर दी है। नाम की जिपना सोनू की मामला क्यों है जी पहना पूरा सवेरे जब जान लगे सी उदो मैं उन्होंने पूछा सी भी किधर जा रहे कहंदे गोयल सर दा फोन आया हैगा ते काम ते बुलाया हैगा सानू ते मैं उन्होंने 3 नंबर तक मोड़ ते चढ़ा के भी आया सरकारी गड्डी ते लैण आए सीगे ते उन्होंने उत्ते ड्राइवर सी ते उहदे विच इक उहनां दे सेवादार भी सीगा ਜਦੋਂ ਗਏ ਨੇ ਕਿੱਥੇ ਕੰਮ ਕਰਦੇ ਸੀ ਕੀ ਕੰਮ ਕਰਦੇ ਉਹ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਸੀਗੇ ਕਲਰਕ ਸੀਗੇ ਅਕਾਊਂਟ ਡਿਪਾਰਟਮੈਂਟ ਦੇ ਵਿੱਚ ਅੱਜ ਕੀ ਹੋਇਆ ਜਦ ਤੈਨੂੰ ਫੋਨ ਆਇਆ ਸੀ ਕੀ ਕਿਹਾ ਗਿਆ ਸੀਗਾ ਸਿਸਟਰ ਨੂੰ ਉਹਨਾਂ ਨੂੰ ਫੋਨ ਆਇਆ ਸੀ ਕਹਿੰਦੇ ਜਾਣਾ ਹੈਗਾ ਅਤੇ ਮੈਂ ਉਹਨਾਂ ਨੂੰ ਛੱਡ ਕੇ ਆਇਆ ਸੀਗਾ ਅਤੇ ਉਸ ਤੋਂ ਬਾਅਦ ਚਲੇ ਗਏ ਸੀ ਤਕਰੀਬਨ 9 ਵਜੇ ਦੇ ਕਰੀਬ ਪਹੁੰਚ ਗਏ ਸੀ ਯੂਨੀਵਰਸਿਟੀ ਦੇ ਵਿੱਚ ਅਤੇ 10:30 ਵਜੇ ਤੱਕ ਫੋਨ ਆਇਆ ਸੀ ਸਾਨੂੰ ਵੀ ਉਦੋਂ ਕੀ ਕਹਿੰਦੇ ਵੀ ਠੀਕ ਨਹੀਂ ਆ ਐਕਸੀਡੈਂਟ ਹੋ ਗਿਆ ਉਹਨਾਂ ਦਾ ਅਤੇ ਉੱਥੇ ਪਹੁੰਚੋ ਤੁਸੀਂ ਘਰੇ ਕੋਈ ਗੱਲਬਾਤ ਹੁੰਦੀ ਸੀ ਤੁਹਾਡੇ ਰੂਟੀਨ 'ਚ ਪਹਿਲਾਂ ਕਦੇ ਰੂਟੀਨ ਦੇ ਵਿੱਚ ਜ਼ਿਆਦਾਤਰ ਐਵੇਂ ਹੁੰਦਾ ਸੀ ਵੀ ਜਦੋਂ ਕਦੇ ਕੰਮ ਤੋਂ ਆਇਆ ਨਾ ਵੀ ਕੰਮ ਦਾ ਪ੍ਰੈਸ਼ਰ ਬਹੁਤ ਆ ਬਹੁਤ ਜ਼ਿਆਦਾ ਲੋਡ ਪਾਉਂਦੇ ਨੇ ਦਿਮਾਗ 'ਤੇ ਅਤੇ ਕੰਮ ਵੀ ਕਹਿੰਦੇ ਨੇ ਵੀ ਹਾਂ ਕੀਤਾ ਜਾਵੇ ਅਤੇ ਕਾਫੀ ਕਈ ਵਾਰ ਕਾਫੀ ਲੇਟ ਵੀ ਹੋ ਜਾਂਦਾ ਸੀਗਾ ਜਦੋਂ ਕੰਮ ਕਰਦੇ ਸੀਗੇ ਅਤੇ 9:30 ਵੀ ਵੱਜ ਜਾਂਦੇ ਸੀ ਕਈ ਵਾਰ ਕਿੰਨਾ ਕਿੰਨਾ ਨੂੰ ਤੁਸੀਂ ਦੋਸ਼ੀ ਮੰਨਦੇ ਹੋ ਕੌਣ ਕੌਣ ਹੈ ਅਧਿਕਾਰੀ ਨੇ ਕੋਈ ਦੋ ਤਾਂ ਮੇਨ ਜਿਹੜੇ ਹੈਗੇ ਨੇ ਉਹਨਾਂ ਦੇ ਸੀਨੀਅਰ ਜਿਨ੍ਹਾਂ ਨੇ ਬੁਲਾਇਆ ਸੀ FO ਹੋ ਗਿਆ ਗੋਇਲ ਹੋ ਗਿਆ ਗੋਇਲ ਸਰ AR ਹੋ ਗਏ ਅਤੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਅਤੇ ਇੱਕ ਉਹਨਾਂ ਦੇ ਨਾਲ ਨੌਨ ਸਟਾਫ ਦਾ ਮੈਂਬਰ ਵੀ ਸੀਗਾ ਅਤੇ ਇਹ ਵੀ ਬੰਦੇ ਸੀਗੇ ਕੀ ਮੰਗ ਕੀ ਕਰਦੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਉਹਨਾਂ 'ਤੇ ਮੰਗ ਇਹ ਕਰਦੇ ਕਿ ਉਹਨੂੰ ਲੱਗਦਾ ਵੀ ਜਿਵੇਂ ਮਾਰਿਆ ਗਿਆ ਹੋਵੇ ਅਤੇ ਉਹਨੂੰ ਮਾਰਿਆ ਹੀ ਆ ਲੱਗਦਾ ਨਹੀਂ ਪਰ ਮਾਰੇ ਅਤੇ ਇਨਸਾਫ ਦੀ ਮੰਗ ਕਰਦੇ ਲੱਗਦਾ ਨਹੀਂ ਐਤਵਾਰ ਸੀ ਐਤਵਾਰ ਨੂੰ ਜਾਂਦੇ ਹੁੰਦੇ ਕੰਮ 'ਤੇ ਐਤਵਾਰ ਨੂੰ ਕੋਈ ਨਹੀਂ ਬੁਲਾਉਂਦਾ ਮੈਂ ਵੀ ਪਹਿਲਾਂ ਕਿੰਨੇ ਵਾਰ ਕਿਹਾ ਵੀ ਐਤਵਾਰ ਨੂੰ ਨਹੀਂ ਬੁਲਾਇਆ ਜਾ ਸਕਦਾ ਕਹਿੰਦੇ ਨਹੀਂ ਬੁਲਾਇਆ ਹੈਗਾ ਅਤੇ ਆਪ ਗੱਡੀ ਭੇਜਦੇ ਨੇ ਅਤੇ ਕਈ ਵਾਰ ਬੁਲਾ ਵੀ ਲੈਂਦੇ ਨੇ ਸਰ ਕੀ ਮਾਮਲਾ ਕੀ ਲੜਕੀ ਵੱਲੋਂ ਸੁਸਾਈਡ ਕੀਤਾ ਗਿਆ ਜੀ ਅੱਜ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਹੈ ਕਿ ਜੋਤੀ ਨਾਂ ਦੀ ਕੁੜੀ ਜਿਹੜੀ ਹਜੇ ਇੱਥੇ ਹੈ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਕਲਰਕ ਦੀ ਪੋਸਟ 'ਤੇ ਸੀਗੀ ਉਹਨੇ ਕੰਧ ਤੋਂ ਮਤਲਬ ਆਫਿਸ ਬਿਲਡਿੰਗ ਤੋਂ ਜੰਪ ਕਰਕੇ ਸੁਸਾਈਡ ਅਟੈਂਪਟ ਕਰ ਲਈ ਅਤੇ ਘਰਦਿਆਂ ਦੀ ਸਟੇਟਮੈਂਟ ਲਿਖਾਂਗੇ ਜਿਵੇਂ ਉਹਨਾਂ ਦੇ ਘਰਦਿਆਂ ਦੀ ਸਟੇਟਮੈਂਟ ਲਿਖਾਂਗੇ ਉਹ ਜੀ FI ਰਜਿਸਟਰ ਕਰਕੇ ਅਸੀਂ ਅਗਲੀ 3 ਦਿਨਾਂ 'ਚ ਲਿਆਵਾਂਗੇ ਸਰ ਕਿੱਥੇ ਜੋਬ ਕਰਦੇ ਸੀ ਕਿੰਨੀ ਮੰਜ਼ਿਲ ਤੋਂ ਛਾਲ ਮਾਰੀ ਕੁੜੀ ਜਿਹੜੀ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਐਡਮਿਨਿਸਟ੍ਰੇਸ਼ਨ ਬਲੋਕ ਹੈਗਾ ਉੱਥੇ ਬਤੌਰ ਕਲਰਕ ਜੋਬ ਕਰਦੀ ਸੀਗੀ ਛਾਲ ਦੀ ਮੰਜ਼ਿਲ ਹਜੇ ਨਹੀਂ ਮਤਲਬ ਬਿਲਡਿੰਗ ਕਨਫਰਮ ਹੋ ਗਈ ਸੀ ਬਿਲਡਿੰਗ ਛਾਲ ਮਾਰੀ ਉੱਥੋਂ ਡੈਡ ਬੋਡੀ ਹੋਈ ਹੈ ਅਤੇ ਇਸ ਬਾਰੇ ਤਫਤੀਸ਼ ਜਾ ਰਹੀ ਹੈ ਉਸ ਅਸੀਂ ਅਗਾਂਹ ਤਫਤੀਸ਼ 'ਚ ਗੱਲ ਕਲੀਅਰ ਕਰ ਲਾਂਗੇ ਸਰ ਮੁੱਢਲੀ ਜਾਂਚ ਵਿੱਚ ਲੱਗਿਆ ਹਜੇ ਤਾਂ ਵੇਖੋ ਇਹ ਕੇਸ ਆਫ ਜੰਪਿੰਗ ਦਾ ਹੀ ਆ ਅਜੇ ਤੱਕ ਜਿਹੜੀ ਅਸੀਂ ਵੇਖੀ ਹੈ ਪਰ ਤਾਂ ਵੀ ਹਜੇ ਘਰਦਿਆਂ ਦੀ ਸਟੇਟਮੈਂਟ ਲਿਖਾਂਗੇ ਜੇ ਉਹ ਉਹਨਾਂ ਵੱਲੋਂ ਜਿਹੜੇ ਫੈਕਟ ਲਿਖਾਏਗੇ ਉਹ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਕਰਾਂਗੇ ਸਰ ਚਾਚੇ ਦਾ ਰੋਪ ਕੋਈ ਕਾਲਜ ਜਾਂ ਬੰਦੇ ਵਿਅਕਤੀ ਸੀਗਾ ਤਾਂ ਪਛਾਣ ਕਰਦਾ ਸੀਗਾ ਜੁੱਤੀ ਨੂੰ ਆਏ ਦਿਨ ਦੇਖੋ ਹਜੇ ਸਾਚੀ ਉਹਨੇ ਸਟੇਟਮੈਂਟ ਲਿਖੀ ਨਹੀਂ ਹੈ ਜੇ ਉਹ ਸਾਨੂੰ ਸਟੇਟਮੈਂਟ ਲਿਖਾਉਣਗੇ ਕਿਸੇ ਦੇ ਐਲੀਗੇਸ਼ਨ ਲਾਉਣਗੇ ਫਿਰ ਅਸੀਂ ਵੈਰੀਫਾਈ ਕਰਾਂਗੇ ਇੱਕ ਉਹਨਾਂ ਦੱਸੇ ਵੀ ਸਿਰ 'ਤੇ ਸੱਟ ਵੱਜੀ ਨਹੀਂ ਵੀ ਜਿਹਨਾਂ ਕੋਈ ਸਿਰ ਫਟਿਆ ਹੈਗਾ ਕਿੰਨੇ ਸੂਸਾਈਡ ਤਾਂ ਇਹ ਮੈਟਰ ਆਫ ਆਪਣੇ ਜਦੋਂ ਮੈਡੀਕਲ ਰਿਪੋਰਟ ਹੈਗੀ ਹੈ ਉਹ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਅਸੀਂ ਦੇਖ ਲਾਂਗੇ ਸਰ ਕੋਈ ਸੂਸਾਈਡ ਨੋਟ ਵਗੈਰਾ ਮਿਲਿਆ ਹੋਣਾ ਨਹੀਂ ਅਜਾ ਕੁਛ ਨਹੀਂ ਮਿਲਿਆ कैमरामैन खान के साथ अनिल कुमार की रिपोर्ट अगर आपने हमारे चैनल को सब्सक्राइब नहीं किया है तो इसे सब्सक्राइब कर लें।